ਮੰਡੀ ਰੋਡ ਹੈ ਤੋ ਕੰਸਟ੍ਰਕਸ਼ਨ ਯਹਾਂ ਪੇ ਜਾ ਰਹੀ ਹੈ ਔਰ ਜੋ ਸੇਲ ਯਹਾਂ ਪੇ ਹੋ ਰਹੀ ਹੈ ਪਲਾਟਸ ਕੀ ਉਹ ਵੀ ਕਾਫੀ ਤੇਜ਼ੀ ਕੇ ਸਾਥ ਹੋ ਰਹੀ ਹੈ ਅਮੀ ਮੈਂ ਨਾ ਵਿਆਹ ਕੇ ਉਹ ਬੱਚੇ ਤੋਂ ਇੱਥੇ ਘਰ ਇਕੱਲੇ ਤੁਸੀਂ ਰਵੋਗੇ ਇਹ ਘਰ ਮੈਂ ਵੀ ਘਰੋਂ ਬਾਹਰ ਹੀ ਹਾਂ ਤੇ ਜੇ ਸਵੇਰੇ ਆਖੋ ਤੇ ਸਵੇਰੇ ਲੈ ਆਉਂਦਾ ਵਾ ਤੁਹਾਨੂੰ ਘਰ ਵੀ ਖੂਬਸੂਰਤ ਕਿਸਮ ਕੇ ਬਣ ਰਹੇ ਹੈ ਇਹ ਦੇਖੋ ਉਹ ਉਧਰ ਬੱਚੇ ਲੈ ਕੇ ਉਧਰ ਗਈ ਹੈ ਇਹ ਦੇਖੇ ਘਰ ਇਹ ਕੰਸਟ੍ਰਕਸ਼ਨ ਹੋ ਰਹੀ ਹੈ ਔਰ ਸੁਣਨੇ ਮੈਂ ਆਇਆ ਕਿ ਉਹਨਾਂ ਨੇ ਇੱਕ ਬਹੁਤ ਬੜੀ ਮਿਕਦਾਰ ਮੈਂ ਉਹਨਾਂ ਨੇ ਇਕੱਲੇ ਤੁਸੀਂ ਫਿਰ ਪਲਾਟਸ ਵਗੈਰਾ ਖਰੀਦ ਲਈ ਹੈ ਇਹ ਕੰਸਟ੍ਰਕਸ਼ਨ ਜਾਰੀ ਹੈ ਸਕਿਉਰਟੀ ਦਾ ਨਿਜ਼ਾਮ ਯਹਾਂ ਪੇ ਬਾਬਾ ਜੀ ਨਮਾਜ਼ ਪੜ੍ਹ ਰਹੇ ਹੈ ਮਾਸ਼ਾ ਅੱਲਾਹ ਅਲਹਮਦੁਲਿਲਾ ਇਹ ਜੀ ਕੰਸਟ੍ਰਕਸ਼ਨ ਹੋ ਰਹੀ ਹੈ ਸੁਬਹ ਸ਼ਾਮ ਇਹ ਜੀ ਇਨਕਾ ਸਕੇਅਰ ਹੈ ਵਨ ਸਿਟੀ ਸਕੇਅਰ ਇਹ ਇਹਨਾਂ ਨੇ ਆਪਣੇ ਮਾਰਟਸ ਬਣਾ ਰਹੇ ਹਨ ਇਹ ਇਨਕੇ ਆਫਿਸਿਸ ਹੈ ਲੁਕਸ ਫੋਰ ਭਈ ਅਬ ਹਮ ਬਾਹਰ ਕੀ ਤਰਫ ਜਾ ਰਹੇ ਹੈ ਤੋ ਯਹਾਂ ਪੇ ਜੋ ਸਪੀਡਸ ਕਾ ਐਰਰ ਮੀਟਰ ਲਗਾ ਹੋਇਆ ਉਹ ਵੀ ਯਹਾਂ ਪੇ ਲਗਾ ਹੋਇਆ ਘਰ ਬਣੇ ਹੋਏ ਵੋ ਸ਼ੁਰੂ ਹੋ ਗਏ ਇੱਦਾਂ ਹੈ ਭਾਈ ਆਪ ਦੇਖ ਰਹੇ ਹੈ ਇਹ ਸਾਰੀ ਕੰਸਟ੍ਰਕਸ਼ਨ ਯਹਾਂ ਪੇ ਤਕਰੀਬਨ ਕੰਪਲੀਟ ਹੋ ਗਈ ਹੈ ਇਹ ਦੇਖੇ ਬੈਠੀ ਹੋਈ ਹੈ ਯਹਾਂ ਪੇ ਤੋ ਜਬ ਮੈਂਟਰ ਹੋਏ ਤੁਰ ਜਾਂਦੀ ਉਹਦੇ ਨਾਲ ਸਗੋਂ